अगला सस के गल्ला कर लंदा हम ते कोई नहीं है कि नहीं मर पता नहीं की होता। रोजी रोटी कमाउन दी खातर स्टडी वीजे ते आस्ट्रेलिया गए पंजाबी नौजवान दी हत्या होण मगरों उस दी लाश नूं वापस पिंड लियाउंदे लई परिवार ने भारत सरकार नूं गुहार लगाई है। इस संबंधी पीड़ित परिवार दे वल्लों आम आदमी पार्टी दे वर्करां ने सांसद अते आम आदमी पार्टी दे पंजाब प्रधान भगवंत मान राहीं सरकार नूं अपील कीती है कि जल्दी तो जल्दी नौजवान दी लाश भारत लियांदी जावे। इस संबंधी पत्रकारां नूं जानकारी दिंदिआं आम आदमी पार्टी दे ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਖਣਾ ਨੇ ਦੱਸਿਆ ਕਿ ਹਲਕਾ ਖੇਮਕਰਨ ਦੇ ਪਿੰਡ ਲੱਖਣਾ ਤੱਪਾ ਨਿਵਾਸੀ ਜਗਰੂਪ ਸਿੰਘ ਪੁੱਤਰ ਭੋਲਾ ਸਿੰਘ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਵਿਖੇ ਸਟੱਡੀ ਵੀਜ਼ੇ 'ਤੇ ਗਿਆ ਸੀ ਜਿਸ ਦੀ ਬੀਤੇ ਦਿਨੀ ਕੁਝ ਲੋਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਜਿਸ ਦੀ ਜਾਂਚ ਆਸਟ੍ਰੇਲੀਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਲਾਖਣਾ ਨੇ ਦੱਸਿਆ ਕਿ ਨੌਜਵਾਨ ਦੇ ਕਤਲ ਦਾ ਪਤਾ ਚੱਲਣ 'ਤੇ ਪਰਿਵਾਰਕ ਮੈਂਬਰਾਂ 'ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾਵੇ। ਗੁਰਦੇਵ ਸਿੰਘ ਲਾਖੜਾ ਨੇ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਜਾਣੂ ਕਰਵਾ ਦਿੱਤਾ ਹੈ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨਾਲ ਇਸ ਸੰਬੰਧੀ ਗੱਲ ਚੱਲ ਰਹੀ ਹੈ ਅਤੇ ਜਲਦੀ ਲਾਸ਼ ਨੂੰ ਵਾਪਸ ਲਿਆਂਦਾ ਜਾਵੇਗਾ। ਸਾਨੂੰ ਪਿਛਲੇ 25-26 ਤਰੀਕ ਨੂੰ ਪਤਾ ਚੱਲਿਆ ਸੀ ਕਿ ਸਾਡੇ ਹਲਕੇ ਖੇਮਕਰਨ ਦੇ ਪਿੰਡ ਤਵਾ ਲੱਖਣਾ ਤੋਂ ਇੱਕ ਬੱਚੇ ਦਾ ਆਸਟ੍ਰੇਲੀਆ ਵਿਖੇ ਕਤਲ ਹੋ ਗਿਆ ਹੈ ਔਰ ਪਰਿਵਾਰ ਨਾਲ ਅਸੀਂ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਦਾ ਬੇਟਾ ਜਗਰੂਪ ਸਿੰਘ ਆਸਟ੍ਰੇਲੀਆ ਸਟੱਡੀ ਬੇਸ 'ਤੇ ਗਿਆ ਸੀ ਉਸਦਾ ਉਸਦੇ ਰੂਮ ਵਿੱਚ ਹੀ ਕਤਲ ਹੋ ਗਿਆ ਜੋ ਭੇਦ ਭਰੇ ਹਾਲਾਤਾਂ ਵਿੱਚ ਅਜੇ ਉਸਦਾ ਕੁਝ ਵੀ ਕਲੀਅਰ ਨਹੀਂ ਹੋਇਆ ਕਿ ਕਿਸ ਨੇ ਕੀਤਾ ਕਿਉਂ ਕੀਤਾ ਇਨਵੈਸਟੀਗੇਸ਼ਨ ਜਾਰੀ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਨਾਲ ਅੱਜ ਤੱਕ ਕੋਈ ਵੀ ਨਾ ਤਾਂ ਰਾਜਨੀਤਿਕ ਕੋਈ ਸਾਨੂੰ ਸਪੋਰਟ ਮਿਲੀ ਹੈ ਬੱਚੇ ਦੀ ਡੈੱਡ ਬੋਡੀ ਮੰਗਵਾਉਣ ਵਾਸਤੇ ਔਰ ਨਾ ਹੀ ਕੋਈ ਸਾਡੇ ਨਾਲ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਔਰ ਉਹ ਕਾਰਵਾਈ ਤੋਂ ਬਹੁਤ ਉਦਾਸ ਸੀ ਕਿ ਸਾਡੀ ਕੋਈ ਕਾਰਵਾਈ ਨਹੀਂ ਹੋਈ ਬੱਚੇ ਦੀ ਡੈੱਡ ਬੋਡੀ ਮੰਗਵਾਉਣ ਵਾਸਤੇ ਫਿਰ ਉਸ ਤੋਂ ਬਾਅਦ ਅਸੀਂ ਸ਼੍ਰੀ ਭਗਵੰਤ ਮਾਨ ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ MP ਸੰਗਰੂਰ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਇਸ ਕੇਸ ਵਿੱਚ ਹੈਲਪ ਕਰਨ ਲਈ ਕਿਹਾ ਔਰ ਮਾਨ ਸਾਹਿਬ ਨੇ ਪਰਿਵਾਰ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਵਿਦੇਸ਼ ਮੰਤਰਾਲੇ ਨੂੰ ਸਬਮਿਟ ਕੀਤੇ ਔਰ ਉਹਨਾਂ ਨਾਲ ਕਾਲ ਰਾਹੀਂ ਵੀ ਗੱਲ ਕੀਤੀ ਵਿਦੇਸ਼ ਮੰਤਰਾਲੇ ਨਾਲ ਔਰ ਲੋਕਡਾਊਨ ਹੋ ਕੇ ਮਾਨ ਸਾਹਿਬ ਨੇ ਦੱਸਿਆ ਕਿ ਥੋੜ੍ਹੇ ਕੁਝ ਆਫਿਸ ਬੰਦ ਵੀ ਨੇ ਜਿਸ ਕਰਕੇ ਕੁਛ ਕਾਰਵਾਈ ਲੇਟ ਹੋ ਰਹੀ ਹੈ ਔਰ ਬਾਕੀ ਮਾਨ ਸਾਹਿਬ ਨੇ ਕਿਹਾ ਕਿ ਇਸ ਬੱਚੇ ਦੀ ਜੋ ਇਨਵੈਸਟੀਗੇਸ਼ਨ ਜਿਸ ਦਿਨ ਹੀ ਪੂਰੀ ਹੋ ਗਈ ਔਰ ਇਸ ਦੀ ਡੈੱਡ ਬੋਡੀ ਬਹੁਤ ਜਲਦ ਮੰਗਵਾ ਕੇ ਪਰਿਵਾਰ ਨੂੰ ਸੌਂਪੀ ਜਾਵੇਗੀ। ਉੱਧਰ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਦੀ ਮੌਤ ਨੂੰ 10 ਦਿਨ ਵੀ ਚੱਲੇ ਨੇ ਪਰ ਜ਼ਿਲ੍ਹਾ ਤਰਨ ਤਾਰਨ ਦੇ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਹਲਕੇ ਦੇ ਵਿਧਾਇਕ ਨੇ ਪੀੜਤ ਪਰਿਵਾਰ ਦੀ ਕੋਈ ਸਾਰ ਲਈ ਹੈ। ਸਭ ਵੋਟਾਂ ਲੈਣ ਦੀ ਖਾਤਰ ਆਉਂਦੇ ਨੇ ਪਰ ਹੁਣ ਜਦ ਸਾਡੇ 'ਤੇ ਦੁੱਖ ਦੀ ਘੜੀ ਦਾ ਕਹਿਰ ਬਰਸ ਰਿਹਾ ਤਾਂ ਸਾਡੀ ਕੋਈ ਵੀ ਸਾਰ ਲੈਣ ਨਹੀਂ ਆਇਆ। ਇਸ ਮੌਕੇ 'ਤੇ ਪੀੜਤ ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਡੈੱਡ ਬੋਡੀ ਨੂੰ ਜਲਦੀ ਤੋਂ ਜਲਦੀ ਮੰਗਵਾ ਦਿੱਤਾ ਜਾਵੇ ਤਾਂ ਜੋ ਉਹ ਆਖਰੀ ਵਾਰ ਉਸਦਾ ਚਿਹਰਾ ਵੇਖ ਸਕਣ। ਅੱਜ 10 ਦਿਨ ਹੋ ਚੱਲੇ ਆ ਮੇਰੇ ਵੀਰ ਦਾ ਜੇ ਕੋਈ ਪਤਾ ਨਹੀਂ ਲੱਗਾ ਅਸੀਂ ਸਰਕਾਰ ਦਾ ਦੇਖ ਹੱਥ ਜੋੜ ਦੇ ਵੀ ਇੱਕ ਵਾਰੀ ਉਹਨੂੰ ਲੈ ਆਓ ਇੱਕ ਵਾਰੀ ਆਪਦੇ ਵੀਰ ਦਾ ਮੂੰਹ ਵੇਖ ਇੱਕ ਵਾਰੀ ਲਾਸਟ ਵਾਰੀ ਉਹਨੂੰ ਵੇਖ ਲਈਓ ਅਤੇ ਮੇਰੇ ਵਿਆਹ 'ਤੇ ਵੀ ਨਹੀਂ ਆਇਆ ਇੱਕ ਵਾਰੀ ਉਹਨੂੰ ਜ਼ਰੂਰ ਵੇਖਣਾ ਸਰਕਾਰ ਅੱਗੇ ਮੰਗ ਕਰਦੇ ਹਾਂ ਵੀ ਸਾਡੇ ਵੀਰ ਨੂੰ ਭੇਜਿਆ ਜਾਵੇ ਇੱਕ ਵਾਰੀ ਸਾਰੇ ਅਸੀਂ ਉਹਨੂੰ ਵੇਖ ਲਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਆਇਆ ਜਾਂ ਕੋਈ ਨਹੀਂ ਕੋਈ ਸਾਡੇ ਤੱਕ ਅਜੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਵੀ ਨਹੀਂ ਆਇਆ ਸਾਡੇ ਕੋਲ ਕੀ ਮੰਗ ਕਰਦੇ ਜ਼ਿਲ੍ਹੇ ਦੇ ਅਧਿਕਾਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਇਹੋ ਕਹਿੰਦੇ ਕਿ ਸਾਡੀ ਬੀਬੀ ਡੈੱਡ ਬੋਡੀ ਆ ਜਾਏ ਇੱਕ ਵਾਰੀ ਸਾਰੇ ਅਸੀਂ ਉਹਨੂੰ ਵੇਖ ਲਈਏ ਕੀ ਨਾਮ ਭਾਈ ਤੁਹਾਡਾ ਮੇਰਾ ਨਾਮ ਸਰ ਗੁਰਲਾਲ ਸਿੰਘ ਮੈਂ ਜਗਰੂਪ ਦਾ ਚਾਚਾ ਜੀ ਸਾਡੀ ਸਰ ਅੱਜ 10 ਦਿਨ ਹੋ ਗਏ ਸਾਡੀ ਸਾਰੀ ਨਹੀਂ ਕਿਸੇ ਨੇ ਲਈ ਸਾਡੇ MLA ਸਾਹਿਬ ਆ ਸੁਖਬਾਰ ਭੁੱਲਰ ਜੀ ਸਾਡੇ ਅੱਜ ਤੱਕ ਉਹਨਾਂ ਨੂੰ ਪਤਾ ਵੀ ਲੱਗ ਚੁੱਕਾ ਵਾ ਇਸ ਚੀਜ਼ ਦਾ ਸਾਨੂੰ ਪਤਾ ਕਿ ਉਹਨਾਂ ਤੱਕ ਫੋਨ ਵੀ ਗਿਆ ਵਾ ਪਰ ਸਾਡੇ ਅੱਜ ਤੱਕ ਸਰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਵੀ ਸਾਡੇ ਕੋਲ ਨਹੀਂ ਆ ਕੇ ਸਾਡੇ ਨਾਲ ਦੁੱਖ ਵੰਡਾਏ ਤੁਹਾਡੇ ਵੱਲੋਂ ਕਿਸੇ ਜ਼ਿਲ੍ਹੇ ਦੇ ਅਧਿਕਾਰੀ ਨਾਲ ਕਿਸੇ ਨਾਲ ਪਹੁੰਚ ਕੀਤੀ ਗਈ ਤੁਹਾਡੇ ਵੱਲੋਂ ਨਹੀਂ ਨਹੀਂ ਸਾਡੇ ਵੱਲੋਂ ਤਾਂ ਸਰ ਕੱਲ੍ਹ ਅਸੀਂ DC ਸਾਹਿਬ ਨੂੰ ਮਿਲ ਕੇ ਆਏ ਹਾਂ DC ਸਾਹਿਬ ਨੂੰ ਆਪਣਾ ਯਾਨੀ ਕਿ ਚੰਡੀਗੜ੍ਹ ਨੂੰ ਉਹਨਾਂ ਨੇ ਸਰ ਚਿੱਠੀ ਬਣਾ ਕੇ ਭੁਲਾਈ ਆ DC ਸਾਹਿਬ ADC ਸਾਹਿਬ ਨੇ ਮਾਰਕ ਕਰਕੇ ਪਹਿਲਾਂ ਚਿੱਠੀ ਕਰੀ ਸਰ ਕੱਲ੍ਹ ਅਸੀਂ ਮਿਲ ਕੇ ਆਏ ਹਾਂ
डीसी साहब EDC साहब ने यानी कि चिट्ठी बना के चंडीगढ़ नूं घलाई है कल, उन्होंने ईमेल की, उन्हों की कई कापी भी लैके आए हैं। बाकी सर कोई भी प्रशासन का साढ़े तक पहुँचने अच्छे दसवें दिन दस दिन भी चले तो दसवें दिन सिर्फ एक चिट्ठी बना के भेजी है DC साहब ने। हाँ जी सर, चिट्ठी वो भी सर आप जाके उ कल आप जाके लॉकडाउन के आप जाके सर यानी कि उ आप जाके अं यानी कि चिट्ठी उन्होंने तो लिखवा के तो चंडीगढ़ में सर कल उन्हें ईमेल की ADC साहब के सैन करा। बाकी सर कोई भी प्रशासन का साढ़ा अच्छ दसवें दिन सर दुख की घड़ी में अच्छे दस दिन हो गए, कोई भी सर इतने ना कोई साढ़े इलाके का इतने कोई नहीं सर पहुँचाया। की मांग करते सरकार तो? मंग सर असी अपनी जिंदगी तो हारा एक इंसान सर की मंग कर सकता एक अं अपने बच्चे की सर एक यही सू तमन्ना कि एक दो साल हो गए सर बच्चा साढ़ा इतों गए ने एक लास्ट आपके हाथी सारे जो रस्मां कर लिए अं तो सर एक डेड बॉडी में तरस रहे वो मिट्टी में भी तरस रहे हैं सर। अं सर डेड बॉडी की मंग करते हैं जिदा साड़ी सर भगवंत मान साहब होना ने साड़ी थोड़ी जी आस सू उन्होंने बढ़ी है जिदा अं सर गृह मंत्रालय साहब होना बेनती करते हैं कि वो साड़ी इस दुख की घड़ी के संयोग साड़ी डेड बॉडी सर उधरों वापस मंगा दें। कि नाम भाई तेरा? मेरा नाम किरतार सिंह जी। भाई दस दिन हो गए ने भाणा वापरे नूं ते अज तो पहला भी चिट्ठिया चिट्ठिया जिदने सानू सिलिया मिलिया सी ना उस तो अगले दिन भी जाके प्रशासन के सारी चिट्ठिया कढ़िया गई सारे गृह मंत्री तक अपने कैप्टन साहब तक सारे चिट्ठिया दिखाई गई पर अजे तक यह भी आन के इतने सार खबर नहीं ली। कल भगवंत मान के कुछ जोड़े बंदे आए थे उन्होंने सानू थोड़ा भरोसा जताया कि अभी वो तो कोशिश करा कि डेड बॉडी आ जाए अं चाहते कि गृह मंत्रालय दखल अंदाजी करके चेचे तौर पर यह साड़ी डेड बॉडी जी वास इतने पहुँचाई जाए यही मांग करते हैं जी। कोई तरन तारण हल्के का नुमाइंदा या कोई प्रशासन अधिकारी? कोई भी प्रशासनिक अधिकारी कोई MLA कोई भी इतने तक पहुँचा नहीं जी। साढ़े सुखपाल सिंह भुल्लर इतने है MLA साढ़े इलाके के उन्होंने पता भी लग चुका है फोन भी पहुँच चुका पर अजे तक उन्होंने आ के खबर नहीं ली भी तेरे होया कि नहीं सिर्फ वोटा लाने आए अगे पिछे उन्होंने भुल जाता सारा कुछ। मैं अपने ये मोढ़िया से गोढ़िया तो बहुत दुखी सी मेरे लिए तो तुरना फिरना भी इन्ना औखा होया कि मैं दस भी नहीं सकता पर जब तो मैं ही रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो सिर्फ 2.5-3 महीने ये 125 बीमारियों तक का इलाज कर सकता है फी रिलीफ हमेशा याद रखो। बस कुछ दिनों तो मैं बालों की बड़ी समस्या सी मेरे बाल झड़ने शुरू हो गए सी मैं मेरे दोस्त ने ऑयल फी रिलीफ वाले दसिया मैं ये तेल 3 महीने लाना अपने सिर पर अप्लाई किया ये बिल्कुल आयुर्वैदिक तेल है यदा कोई साइड इफेक्ट नहीं है तो मेरे बाल जड़े गंजपन पैना शुरू हो गया से वो दोबारा आने लग गए तो मैनू तो बड़ा फायदा दिता इसने जे तुहानू भी किसी इस तरह की प्रॉब्लम का तुसीं सामना कर रहे हो तो यह तेल लाना ना भुलो। कितना कि असं अपने बालों करके शर्म फील करते हैं कि सोसाइटी बैठे हैं कि कोई मजाक ना कर रहा है पर थैंक्स टू फ्री लीफ जिन्हें मेरा एक कॉन्फिडेंस बिल्ड किया जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो वो भी मैं बड़ा रिलीफ मिले ये यूज़ करो तो मैं प्रैक्टिकल यूज़ कर रहा।